ਕਿਸਾਨ ਭਰਾਵੋ ਸਤਿ ਸ਼੍ਰੀ ਅਕਾਲ ਸਵਾਗਤਾਂ ਨਾਰਥ ਇੰਡੀਅਨ ਫਾਰਮਿੰਗ ਚੈਨਲ ਤੇ ਅੱਜ ਦੀ ਵੀਡੀਓ ਆਪਾਂ ਝੋਨੇ ਦੀ ਫਸਲ ਦੇ ਸਬੰਧ ਵਿੱਚ ਬਣਾ ਰਹੇ ਹਾਂ ਜਿਸ ਵਿੱਚ ਦੱਸਾਂਗੇ ਵੀ ਆਪਾਂ ਖੀਰਲਾ ਪਾਣੀ ਕਦੋਂ ਬੰਦ ਕਰਨਾ ਤੇ ਝੋਨਾ ਆਪਣਾ ਇੱਕ ਸਾਰ ਪੱਕੇ ਖੀਰਲਾ ਪਾਣੀ ਬਹੁਤ ਜ਼ਰੂਰੀ ਹੁੰਦਾ ਕਿਉਂਕਿ ਕਈ ਵਾਰ ਆਪਾਂ ਇਸ ਪਾਣੀ ਲਾਉਣ ਤੋਂ ਬਾਅਦ ਕਣਕ ਦੀ ਬਿਜਾਈ ਵੀ ਕਰਨੀ ਹੁੰਦੀ ਆ ਇਸ ਪਾਣੀ ਨੂੰ ਕਈ ਵੀਰ ਰੌਣੀ ਦੇ ਤੌਰ ਤੇ ਵੀ ਵਰਤਦੇ ਆ ਤੇ ਐਸ ਦੇ ਸਬੰਧ ਵਿੱਚ ਪੂਰੀ ਜਾਣਕਾਰੀ ਸਾਂਝੀ ਕਰਾਂਗੇ ਪੂਰੀ ਜਾਣਕਾਰੀ ਲਈ ਵੀਡੀਓ ਨੂੰ ਅਖੀਰ ਤੱਕ ਜ਼ਰੂਰ ਦੇਖਿਓ ਤੇ ਜਿਹੜੇ ਵੀਰਪਰਾ ਚੈਨਲ ਤੇ ਨਵੇਂ ਆਏ ਉਹਨਾਂ ਨੂੰ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈੱਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਖੇਤੀਬਾੜੀ ਦੇ ਸਬੰਧ ਸਭ ਤੋਂ ਪਹਿਲਾਂ ਤੁਹਾਨੂੰ ਜਾਣਕਾਰੀ ਮਿਲਦੀ ਰਹੇ ਹਾਂਜੀ ਕਿਸਾਨ ਭਰਾਵੋ ਬੂਰ ਪੈਣ ਤੋਂ ਲੈ ਕੇ ਲਗਭਗ ਸਾਰੀਆਂ ਸਟੇਜਾਂ 35 ਤੋਂ 37 38 ਦਿਨਾਂ ਵਿੱਚ ਵੈਰਾਈਟੀ ਦੇ ਹਿਸਾਬ ਨਾਲ ਤਕਰੀਬਨ ਵੈਰਾਈਟੀ ਕਟਾਈ ਲਈ ਤਿਆਰ ਹੋ ਜਾਂਦੀ ਆ ਬਾਕੀ 2-4 ਦਿਨ ਦਾ ਗੱਪਚਾ ਹੋ ਸਕਦਾ ਵੈਰਾਈਟੀ ਦੇ ਹਿਸਾਬ ਨਾਲ ਤੇ ਜਦੋਂ ਆਪਣੇ ਖੇਤ ਵਿੱਚ ਬੂਰ ਪੈ ਰਿਆ ਹੁੰਦਾ ਉਦੋਂ ਤੁਸੀਂ ਸਾਰੇ ਜਾਣਦੇ ਹੋ 5 ਸੈਂਟੀਮੀਟਰ ਪਾਣੀ ਖੜਾ ਕੇ ਰੱਖਣਾ ਤੇ ਜਦੋਂ ਮਿਲਕ ਗੇਨ ਸਟੇਜ ਚੱਲ ਰਹੀ ਹੁੰਦੀ ਹੈ ਜਦੋਂ ਬੂਟਾ ਆਪਣੇ ਦਾਣਿਆਂ ਵਿੱਚ ਦੁੱਧ ਆ ਭਰ ਰਿਹਾ ਹੁੰਦਾ 60% ਉਹ ਸੂਰਜ ਤੋਂ ਖਰਾਕ ਲੈ ਰਿਹਾ ਹੁੰਦਾ ਤੇ ਜਿਹੜੀ ਆਪਾਂ ਉਸ ਨੂੰ ਖਾਦ ਖਰਾਕ ਜਣਾ ਰਹੀ 40% ਖਰਾਕ ਉਥੋਂ ਪ੍ਰਾਪਤ ਕਰਦਾ ਤੇ ਜਦੋਂ ਇਹ ਕੰਡੀਸ਼ਨ ਚੱਲ ਰਹੀ ਹੁੰਦੀ ਹੈ ਵੀ ਦਾਣੇ ਨੱਪੇ ਤੋਂ ਪਾਣੀ ਵਰਗਾ ਦੁੱਧ ਨਿਕਲਦਾ ਪਾਣੀ ਲਾਤਾ ਦੋ ਦਿਨ ਪਾਣੀ ਜੀਰ ਗਿਆ ਉਸ ਤੋਂ ਬਾਅਦ ਫੇਰ ਆਪਾਂ ਖੇਤ ਵਿੱਚ ਨਵਾਂ ਪਾਣੀ ਦੇ ਦੇਣਾ ਹੁੰਦਾ ਇਹ ਸਟੇਜ ਲਗਭਗ 10 ਤੋਂ 15 ਦਿਨ ਚੱਲਦੀ ਆ ਤੇ ਇਸ ਤੋਂ ਬਾਅਦ ਜਦੋਂ ਆਪਣਾ ਝੋਨਾ ਸੌਫਟ ਡੋਜ਼ ਸਟੇਜ ਤੇ ਪਹੁੰਚ ਜਾਂਦਾ ਉਦੋਂ ਸਿਰਫ ਆਪਾਂ ਖੇਤ ਵਿੱਚ ਮੋਇਸਚਰ ਮੇਨਟੇਨ ਰੱਖਣਾ ਹੁੰਦਾ ਪਾਣੀ ਲਾਤਾ ਪਾਣੀ ਜੀਰ ਗਿਆ ਇਸ ਤੋਂ ਬਾਅਦ ਆਪਾਂ ਨਵਾਂ ਪਾਣੀ ਦੇ ਦੇਣਾ ਹੁੰਦਾ ਉਦੋਂ ਆਪਾਂ ਪਾਣੀ ਖੇਤ ਵਿੱਚ ਖੜਾ ਕੇ ਨਹੀਂ ਰੱਖਣਾ ਝੋਨਾ ਇੱਕ ਸਾਰ ਨਹੀਂ ਪੱਕੂਗਾ ਦੋਗਿਆਂ ਦੇ ਵਿੱਚ ਪੱਕੂਗਾ ਤੇ ਮੰਡੀ ਵਿੱਚ ਤੁਹਾਨੂੰ ਜਾ ਕੇਗਾ ਮੋਇਸਚਰ ਦੀ ਵੀ ਦਿੱਕਤ ਆਊਗੀ ਤੇ ਜੜਾਂ ਗੱਲ ਦੀ ਸਮੱਸਿਆ ਵੀ ਆ ਸਕਦੀ ਹੈ ਕਈ ਵਾਰੀ ਮੀਂਹ ਰੀ ਜਾਂ ਤੇਜ਼ ਹਵਾਵਾਂ ਚੱਲਣ ਤਾਂ ਝੋਨੇ ਦਾ ਡਿੱਗਣ ਦਾ ਖਤਰਾ ਵੀ ਇਸ ਸਟੇਜ ਤੇ ਬਣਿਆ ਰਹਿੰਦਾ ਇੱਥੇ ਥੋੜਾ ਬਹੁਤਾ ਝੋਨਾ ਸੋਕਾ ਝੱਲ ਸਕਦਾ ਪਰ ਪਾਣੀ ਦਾ ਡੋਬਾ ਨਹੀਂ ਝੱਲ ਸਕਦਾ ਜੇ ਹੱਦੋਂ ਵੱਧ ਆਪਾਂ ਪਾਣੀ ਭਰ ਕੇ ਰੱਖਾਂਗੇ ਉਸ ਨਾਲ ਆਪਣਾ ਨੁਕਸਾਨ ਹੋ ਸਕਦਾ ਤੇ ਜਦੋਂ ਮੁੰਜਰਾ ਥੱਲੇ ਨੂੰ ਮੁੜ ਜਾਂਨ ਤੇ ਆਪਣੇ ਦਾਣਿਆਂ ਦਾ ਰੰਗ ਅੱਗੋਂ ਬਦਲਣ ਲੱਗ ਜੇ ਉਦੋਂ ਆਪਾਂ ਨੂੰ ਆਪਦੀ ਮਿੱਟੀ ਦੇ ਹਿਸਾਬ ਨਾਲ ਖੇਤ ਦਾ ਪਾਣੀ ਬੰਦ ਕਰ ਦੇਣਾ ਚਾਹੀਦਾ ਪਰ ਇਸ ਪਰ ਇਸ ਵੇਲੇ ਤੁਹਾਨੂੰ ਇੱਕ ਗੱਲ ਦਾ ਧਿਆਨ ਜ਼ਰੂਰ ਰੱਖਣਾ ਚਾਹੀਦਾ ਤੁਹਾਡੇ ਖੇਤ ਵਿੱਚ ਕਿਹੜੀ ਵੈਰੈਟੀ ਲੱਗੀ ਹੋਈ ਆ ਕੀ ਤੁਸੀਂ ਝੋਨਾ ਵੱਢ ਕੇ ਖੇਤ ਦੀ ਦੁਬਾਰਾ ਰੌਣੀ ਕਰਨੀ ਆ ਕਿ ਇਸ ਗੱਲ ਤੇ ਹੀ ਕਣਕ ਬੀਜਣੀ ਆ ਜੇ ਤੁਸੀਂ ਆਪਦੇ ਖੇਤ ਵਿੱਚ ਇਸ ਗੱਲ ਤੇ ਕਣਕ ਬੀਜਣੀ ਆ ਤੁਹਾਨੂੰ ਆਪਦੀ ਮਿੱਟੀ ਦੀ ਪਰਖ ਹੋਣੀ ਚਾਹੀਦੀ ਹੈ ਕਿ ਸਾਡੇ ਖੇਤ ਵਿੱਚ 10 ਦਿਨ ਤੱਕ ਸੈਲ ਰਹਿੰਦੀ ਆ ਮੌਇਸਚਰ ਰਹਿੰਦਾ ਕਿ 15 ਦਿਨ ਤੱਕ ਆਪਣਾ ਸਾਡਾ ਖੇਤ ਗਿੱਲ ਬਣਾਈ ਰੱਖਦਾ ਕਿ 20 ਦਿਨ ਤੱਕ ਬਣਾਈ ਰੱਖਦਾ ਕਿ ਸਾਡੇ ਆ ਖੇਤ ਦੀ ਦਰਮਿਆਨੀ ਮਿੱਟੀ ਆ ਭਾਰੀ ਮਿੱਟੀ ਆ ਕਿ ਸਭ ਤੋਂ ਹਲਕੀ ਮਿੱਟੀ ਆ ਜੇ ਹਲਕੀ ਮਿੱਟੀ ਤੇ ਉਸ ਵਿੱਚ 10-12 ਦਿਨ ਤੱਕ ਗਿੱਲ ਰਹਿੰਦੀ ਆ ਭਾਰੀ ਮਿੱਟੀ ਆ ਤਾਂ 20-22 ਦਿਨ ਤੱਕ ਦਰਮਿਆਨੀ ਮਿੱਟੀ ਆ ਤਾਂ 15-16 ਦਿਨ ਤੱਕ ਤੇ ਇਸ ਤਰ੍ਹਾਂ ਤੁਸੀਂ ਇਹਨਾਂ ਗੱਲਾਂ ਨੂੰ ਧਿਆਨ ਰੱਖ ਕੇ ਆਪਦੇ ਖੇਤ ਨੂੰ ਖੀਰਲਾ ਪਾਣੀ ਲਾ ਸਕਦੇ ਹੋ ਬਾਕੀ ਜੇ ਤੁਹਾਡੇ ਖੇਤ ਵਿੱਚ ਕੋਈ ਵੱਧਵੇਂ ਘਟਵੇਂ ਕੋਈ ਹੋਰ ਕਿਸਮ ਦੇ ਬੂਟੇ ਦਿਖਾਈ ਦੇ ਰਿਹਾ ਜਾਂ ਕੋਈ ਘਾਹ ਵੱਡਾ ਦਿਖਾਈ ਦੇ ਰਿਹਾ ਉਸਨੇ ਬੀਜ ਬਣਾ ਲਿਆ ਕਿਰਪਾ ਕਰਕੇ ਉਸ ਨੂੰ ਵੱਢ ਕੇ ਜਰੂਰ ਬਾਹਰ ਕੱਢ ਦਿਓ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਤੁਹਾਨੂੰ ਅੱਗੇ ਜਾ ਕੇ ਕੋਈ ਵੀ ਦਿੱਕਤ ਪਰੇਸ਼ਾਨੀ ਨਾ ਆਵੇ ਤੇ ਬਾਕੀ ਕੋਈ ਵੀਡੀਓ ਦੇ ਸਬੰਧ ਵਿੱਚ ਸਵਾਲ ਜਵਾਬ ਹੋਇਆ ਤੁਸੀਂ ਕਮੈਂਟਾਂ ਦੇ ਰੂਪ ਵਿੱਚ ਪੁੱਛ ਸਕਦੇ ਹੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਹੋਰ ਕਿਸਾਨ ਭਰਾਵਾਂ ਨਾਲ ਸਾਂਝੀ ਜਰੂਰ ਕਰਿਓ ਤੇ ਵੀਡੀਓ ਦੇਖਣ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਧੰਨਵਾਦ